ਬੰਗੇ ਤੋਂ ਇਹ ਮਸਲਾ ਕੀ ਹੈ ਸਰ ਇਹ ਜੀ ਆਪਣੇ ਕਮਲਪਾਲ ਤੇ ਉਹਦਾ ਲੜਕਾ ਗੁਰਮਿੰਦਰ ਬੜਾ ਉੱਚੀ ਬੋਲੇ ਸਰ ਕਮਲਪਾਲ ਤੇ ਗੁਰਮਿੰਦਰ ਸਿੰਘ ਆ ਟਾਈਪਿਸਟ ਦਾ ਕੰਮ ਕਰਦੇ ਆ ਤਹਿਸੀਲ ਬੰਗਾਲ ਦੇ ਇਹਨਾਂ ਬਾਰੇ ਟੈਕਨੀਕਲ ਇਨਪੁਟਸ ਤੇ ਇੱਕ ਮੁਕਦਮਾ ਦਰਜ ਹੋਇਆ 7 APC ਐਕਟ ਤੇ 420-120 ਦੀ ਸਰ ਇਹ ਤਹਿਸੀਲਦਾਰ ਜਾਂ ਹੋਰ ਅਧਿਕਾਰੀ ਕਰਮਚਾਰੀਆਂ ਦੇ ਨਾਮ 'ਤੇ ਜਾਂ ਉਹਨਾਂ ਦੀ ਸਲਾਹ ਨਾਲ ਜਾਂ ਉਹਨਾਂ ਦੀ ਨੌਲੇਜ ਰੱਖ ਕੇ ਪੈਸੇ ਇਕੱਠੇ ਕਰਦੇ ਲੋਕਾਂ ਕੋਲ ਰਜਿਸਟਰੀਆਂ ਦੇ ਜਾਂ ਹੋਰ ਕੰਮਾਂ ਦੇ ਅਤੇ ਉੱਥੇ ਭ੍ਰਿਸ਼ਟਾਚਾਰ ਤਰੀਕੇ ਨਾਲ ਜਿਹੜੀ ਪੈਸੇ ਇਕੱਠੇ ਕਰ ਰਹੇ ਆ ਅਤੇ ਰਿਸ਼ਵਤਖੋਰੀ ਨੂੰ ਬੜਾਵਾ ਦੇ ਰਹੇ ਆ ਉਹਨੂੰ ਰੋਕਣ ਦੇ ਤਹਿਤ ਅਤੇ ਅੱਜ ਇਹ ਮੁਕਦਮਾ ਦਰਜ ਹੋ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੁਛ ਫੜ ਲਿਆ ਕਬਜ਼ੇ 'ਚ ਉਹਨੂੰ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਇਹਦੇ ਵਿੱਚ ਕੋਈ ਹੋਰ ਅਧਿਕਾਰੀ ਜਾਂ ਕਰਮਚਾਰੀਆਂ ਦਾ ਕੋਈ ਰੋਲ ਇਹਨਾਂ ਨੂੰ ਪੁੱਛ ਕੇ ਅਸੀਂ ਕਿਸ ਤਰ੍ਹਾਂ ਹੁੰਦਾ ਅਤੇ ਫਿਰ ਉਹ 34 ਫੜ ਕਰ ਜਿਹੜੀ ਹੋਣਾ ਸ਼ਿਕਾਇਤਕਰਤਾ ਇਹ ਸਾਡੀ ਟੈਕਨੀਕਲ ਇਨਪੁਟਸ 'ਤੇ ਹੁੰਦਾ ਹੋਇਆ ਮੁਕਦਮਾ ਕਿੰਨਾ ਚਿਰ ਪਹਿਲੇ ਸਰ ਇਹ ਇਨਪੁਟ ਮਿਲੀ ਸੀ ਸਾਨੂੰ ਇਹ 2-3 ਮਹੀਨੇ 4 ਮਹੀਨੇ ਪਹਿਲਾਂ ਅਸੀਂ ਆਪਣਾ ਜਿਹੜਾ ਵਰਕ ਸ਼ੁਰੂ ਕਰ ਲਈ ਹੈ ਸਰ ਇਹਦੇ ਵਿੱਚ ਕੋਈ ਸੀਨੀਅਰ ਅਧਿਕਾਰੀ ਵੀ ਸਾਹਮਣੇ ਆਇਆ ਕੋਈ ਅਜੇ ਤੱਕ ਨਹੀਂ ਜਦੋਂ ਇਹਨਾਂ ਨੂੰ ਅਜੇ ਐਡਮਿਸ਼ਨ ਸਟੇਜ ਆ ਕੋਈ ਆਏਗਾ ਅਤੇ ਉਸਦੇ ਸਫ਼ਰ ਨੂੰ ਸਹੀ ਆਊਗੀ ਡਿਮਾਂਡ ਕੀ ਸੀ ਇਹਨਾਂ ਦੀ ਅਣਖੀ ਇਹ ਲੋਕਾਂ ਕੋਲ ਰਜਿਸਟਰੀਆਂ ਕਰਵਾਉਣ ਅਤੇ ਹੋਰ ਕੰਮਾਂ ਦੇ ਵੀ ਤੁਹਾਡਾ ਕੰਮ ਕਰਾ ਦਾਂਗੇ ਕਿੰਨੀ ਅਮਾਉਂਟ ਦੀ ਮੰਗ ਕਰਦੇ ਸੀ ਅਲੱਗ ਅਲੱਗ ਅਮਾਉਂਟ ਪੈ ਜਾਂਦੀ ਕੱਲਾ ਰਜਿਸਟਰੀ ਦੇ ਨਾਮ 'ਤੇ ਜਾਂ ਕੋਈ ਹੋਰ ਵੀ ਹੋਰ ਮੈਰਿਜ ਸਰਟੀਫਿਕੇਟ ਬਣਾਵਾਂ ਜਾਂ ਕੋਈ ਹੋਰ ਇਹੋ ਜਿਹੇ ਕੰਮ ਕਰਾਂ ਅੱਛਾ ਇਹ ਕੰਮ ਕੀ ਕਰਦੇ ਉੱਤੇ ਮੇਨਲੀ ਟਾਈਪਿਸਟ ਰਹੇ ਟਾਈਪਿਸਟ ਨੇ ਪਰ ਰਜਿਸਟਰੀਆਂ ਦਾ ਕੰਮ ਇਹ ਨਾਲ ਲੋਕਾਂ ਦਾ ਕਰੀ ਜਾਂਦੇ ਆ ਕਿਸ ਨਾਲ ਰਲ ਮਿਲ ਕੇ ਕਰਦੇ ਹਾਂ ਤਾਂ 30 'ਚ ਪਤਾ ਲੱਗੂਗਾ ਵੀ ਕਿਹਦਾ ਇਹ ਹੈਡਵਰਕ ਅਤੇ ਕੀ ਕਰਦੇ ਠੀਕ ਹੈ ਕਿੰਨੇ ਵਜੇ ਬਸ ਮਾਮਲਾ ਕਿੱਦਾਂ ਕੀਤਾ ਤੁਸੀਂ ਕਿਹੜੇ ਕਿਹੜੇ ਸੈਕਸ਼ਨ ਮਾਮਲਾ ਮਾਮਲਾ 7 APC ਐਕਟ ਪੀਸੀ ਐਕਟ ਨਾਲ ਆਤਾ ਹੈ ਮੇਰੀ 420-120 ਦੀ ਦੋਨੇ ਪਿਤਾ ਪੁੱਤਰ ਪਿਤਾ ਪੁੱਤਰ ਠੀਕ ਹੈ ਰਹਿੰਦੇ ਕਿੱਥੇ ਨੇ ਇਹ ਬੱਗੇ ਰਹਿੰਦੇ ਦਸਤਾਵੇਜ਼ ਜਾਂ ਕੋਈ ਮਾਮਲਾ ਦਰਜ ਕਰਾ ਕੇ ਜਾਂਚ ਕਰ ਰਹੇ ਹਾਂ।